ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਦੋਸਤੋ? ਹੋਪ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਗੇ। ਮੈਂ ਵੀ ਬਿਲਕੁਲ ਠੀਕ ਠਾਕ ਹਾਂ। ਮੇਰਾ ਨਾਂ ਰਣਜੋਤ ਸਿੰਘ ਹੈ ਔਰ ਤੁਹਾਡੇ ਸਾਰਿਆਂ ਦਾ ਸਵਾਗਤ ਕਰਨਾ ਮੈਂ ਆਪਣੇ YouTube ਚੈਨਲ ਤੇ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਏਅਰ ਸੁਵਿਧਾ ਐਪ ਬਾਰੇ। ਏਅਰ ਸੁਵਿਧਾ ਐਪ ਜਿਹੜਾ ਇੰਡੀਅਨ ਗੌਰਮੈਂਟ ਦੁਆਰਾ ਆ ਰਿਹਾ ਹੈ, ਅਗਰ ਤੁਸੀਂ ਇੰਡੀਆ ਟਰੈਵਲ ਕਰਨਾ ਚਾਹੁੰਦੇ ਹੋ, ਯਾਨੀ ਤੁਸੀਂ ਇੱਥੋਂ ਕਿਸੇ ਹੋਰ ਦੇਸ਼ ਗਏ ਔਰ ਵਾਪਸ ਇੰਡੀਆ ਆਉਣਾ ਚਾਹੁੰਦੇ ਹੋ, ਜਾਂ ਫਿਰ ਇੰਡੀਆ ਕੋਈ ਹੋਰ ਟਰੈਵਲ ਕਰਨਾ ਚਾਹੁੰਦਾ ਕਿਸੇ ਹੋਰ ਦੇਸ਼ ਦਾ ਜਿਹੜਾ ਬਸ਼ਿੰਦਾ, ਜਾਂ ਜਿਹੜਾ ਉਹ ਕਿਸੇ ਹੋਰ ਦੇਸ਼ ਤੋਂ ਸਾਡੇ ਇੰਡੀਆ ਆਉਣਾ ਚਾਹੁੰਦਾ, ਉਹਦੇ ਵਾਸਤੇ ਮੈਂਡੇਟਰੀ ਹੈਗਾ ਕਿ ਉਹ ਏਅਰ ਸੁਵਿਧਾ ਐਪ ਦੇ ਉੱਤੇ ਆਪਣਾ ਜਿਹੜਾ ਰਜਿਸਟ੍ਰੇਸ਼ਨ ਕਰਾਵੇ। ਰਜਿਸਟ੍ਰੇਸ਼ਨ ਕਰਾਉਣ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਹੈਗਾ ਡਾਕੂਮੈਂਟਸ ਹੋਣੇ ਚਾਹੀਦੇ। ਇਹ ਨੋਰਮਲੀ ਆਪਣੇ ਫੋਨ 'ਤੇ ਹੀ, ਆਪਣੇ ਫੋਨ ਤੋਂ ਹੀ ਤੁਸੀਂ ਇਸ ਨੂੰ ਫਿਲ ਕਰ ਸਕਦੇ ਹੋ ਇਸ ਐਪ ਨੂੰ। ਤੁਹਾਡੇ ਕੋਲ 4 ਡਾਕੂਮੈਂਟਸ ਹੋਣੇ ਬਹੁਤ ਜ਼ਰੂਰੀ ਨੇ। ਸਭ ਤੋਂ ਪਹਿਲਾਂ ਤੁਹਾਡਾ RCPCR ਟੈਸਟ ਜਿਹੜਾ ਉਹ ਨੈਗੇਟਿਵ ਜਿਹੜਾ ਉਹ ਹੋਣਾ ਚਾਹੀਦਾ ਹੈ, ਤੁਹਾਡਾ ਪਾਸਪੋਰਟ ਹੋਣਾ ਚਾਹੀਦਾ, ਤੁਹਾਡਾ ਵੀਜ਼ਾ ਹੋਣਾ ਚਾਹੀਦਾ ਔਰ ਤੁਹਾਡੀ ਫਲਾਈਟ ਟਿਕਟਸ ਹੋਣੀਆਂ ਚਾਹੀਦੀਆਂ। ਇਹ 4 ਚੀਜ਼ਾਂ ਜਿਹੜੀਆਂ ਨੇ ਇਹ ਮੈਂਡੇਟਰੀਆਂ ਹੈਗੀਆਂ ਨੇ ਏਅਰ ਸੁਵਿਧਾ ਐਪ ਨੂੰ ਫਿਲ ਕਰਨ ਵਾਸਤੇ। ਅਤੇ ਦੋਸਤੋ, ਅੱਜ ਮੈਂ ਤੁਹਾਨੂੰ ਇਹ ਦੱਸਾਂਗਾ ਕਿ ਤੁਸੀਂ ਬਿਨਾਂ ਕਿਸੇ ਦੀ ਮਦਦ ਦੇ ਤੁਸੀਂ ਖੁਦ ਬ ਖੁਦ ਜਿਹੜਾ ਹੈਗਾ ਉਹ ਏਅਰ ਸੁਵਿਧਾ ਦਾ ਐਪ ਜਿਹੜਾ ਉਹ ਫਿਲ ਕਰ ਸਕਦੇ ਹੋ, ਉੱਥੇ ਰਜਿਸਟ੍ਰੇਸ਼ਨ ਕਰਾ ਸਕਦੇ ਹੋ। ਅਤੇ ਬਿਨਾਂ ਕੋਈ ਟਾਈਮ ਵੇਸਟ ਕੀਤੇ ਮੈਂ ਤੁਹਾਨੂੰ ਲੈ ਕੇ ਚੱਲਣਾ ਆਪਣੇ ਫੋਨ 'ਤੇ। ਅੱਜ ਮੈਂ ਤੁਹਾਨੂੰ ਆਪਣੇ ਫੋਨ ਤੋਂ ਹੀ ਜਿਹੜਾ ਏਅਰ ਸੁਵਿਧਾ ਦਾ ਐਪ ਹੈ, ਜਿਹੜਾ ਏਅਰ ਸੁਵਿਧਾ ਰਜਿਸਟ੍ਰੇਸ਼ਨ ਹੈ, ਉਹ ਕਿਸ ਤਰ੍ਹਾਂ ਕਰਨਾ ਮੈਂ ਉਹਦੇ ਬਾਰੇ ਦੱਸਾਂਗਾ। ਅਤੇ ਚਲੋ ਮੈਂ ਤੁਹਾਨੂੰ ਲੈ ਕੇ ਚੱਲਦੇ ਹਾਂ ਏਅਰ ਸੁਵਿਧਾ ਐਪ 'ਤੇ। ਦੋਸਤੋ, ਥੱਲੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਇਹਦਾ ਲਿੰਕ ਦੇ ਦਾਂਗਾ ਔਰ ਉੱਥੇ ਕਲਿੱਕ ਕਰਦੇ ਹੀ ਤੁਹਾਨੂੰ ਇਹ ਇੰਟਰਫੇਸ ਤੁਹਾਡੇ ਮੋਬਾਈਲ 'ਤੇ ਜਿਹੜਾ ਹੈਗਾ ਖੁੱਲ੍ਹ ਜਾਏਗਾ। ਇਹ ਫੋਰਮ ਹੈਗਾ ਜਿਹਨੂੰ ਤੁਸੀਂ ਫਿਲ ਕਰਨਾ ਹੈਗਾ। ਤੁਸੀਂ ਇੱਕ ਦਿਨ ਪਹਿਲਾਂ, ਜਦੋਂ ਵੀ 72 ਘੰਟੇ ਪਹਿਲਾਂ ਦਾ ਸਾਨੂੰ RTPCR ਟੈਸਟ ਜਿਹੜੀ ਰਿਪੋਰਟ ਚਾਹੀਦੀ ਹੁੰਦੀ ਹੈ ਇੰਡੀਆ ਐਂਟਰ ਕਰਨ ਵਾਸਤੇ, ਅਤੇ ਜਦੋਂ ਵੀ ਤੁਹਾਡੇ ਕੋਲ ਉਹ RCPCR ਟੈਸਟ ਦੀ ਰਿਪੋਰਟ ਆ ਜਾਂਦੀ ਹੈ, ਤਾਂ ਤੁਸੀਂ ਇਹਨੂੰ ਉਦੋਂ ਹੀ ਭਰ ਸਕਦੇ ਹੋ। ਇਹਦੇ ਵਾਸਤੇ ਤੁਹਾਨੂੰ ਜਦੋਂ ਤੁਸੀਂ ਏਅਰਪੋਰਟ 'ਤੇ ਪਹੁੰਚੋਗੇ ਤਾਂ ਤੁਹਾਡੇ ਕੋਲ ਇਹ ਪੁੱਛਿਆ ਜਾਏਗਾ ਕਿ ਤੁਸੀਂ ਜਿਹੜਾ ਏਅਰ ਸੁਵਿਧਾ ਦੇ ਉੱਤੇ ਅਪਲੋਡ ਕੀਤਾ ਹੈ ਜਾਂ ਨਹੀਂ ਕੀਤਾ। ਅਤੇ ਚਲੋ ਸਟਾਰਟ ਕਰਨੇ ਆ। ਪਹਿਲੇ ਸਭ ਤੋਂ ਪਹਿਲੇ ਤੁਹਾਡਾ ਇੱਥੇ ਨਾਮ ਆ ਜਾਏਗਾ। ਨਾਮ ਤੋਂ ਬਾਅਦ ਤੁਹਾਡੀ ਡੇਟ ਆਫ ਬਰਥ ਆਏਗੀ ਇੱਥੇ, ਡੇਟ ਆਫ ਬਰਥ ਤੋਂ ਬਾਅਦ ਤੁਹਾਡਾ ਜੈਂਡਰ ਆ ਜਾਏਗਾ, ਤੁਹਾਡਾ ਫਲਾਈਟ ਨੰਬਰ ਆ ਜਾਏਗਾ, ਫਲਾਈਟ ਨੰਬਰ ਤੋਂ ਤੁਹਾਡਾ ਇੱਥੇ PNR ਆ ਜਾਏਗਾ। ਮੈਂ ਜਸਟ ਉਸੇ ਵੈਸੇ ਹੀ ਫਿਲ ਕਰ ਰਿਹਾ। ਫਿਰ ਤੁਹਾਡੀ ਨੈਸ਼ਨੈਲਿਟੀ ਆ ਜਾਏਗੀ, ਤੁਹਾਡਾ ਪਾਸਪੋਰਟ ਨੰਬਰ ਆ ਜਾਏਗਾ, ਹੁਣ ਪਾਸਪੋਰਟ ਇੱਥੇ ਤੁਸੀਂ ਅਪਲੋਡ ਕਰਨਾ ਹੈ, ਜਿਹੜੀ ਹੈ PDF ਫਾਈਲ ਦੇ ਵਿੱਚ ਹੋਣੀ ਚਾਹੀਦੀ ਔਰ 1 MB ਦਾ ਉਹਦਾ ਸਾਈਜ਼ ਹੋਣਾ ਚਾਹੀਦਾ ਹੈਗਾ। ਤੁਸੀਂ ਇੱਥੇ ਕਲਿੱਕ ਕਰੋਗੇ, ਉਹਨੂੰ ਫਾਈਲ ਨੂੰ ਸਿਲੈਕਟ ਕਰੋ, ਜਿੱਥੇ ਵੀ ਤੁਹਾਡੀ ਫਾਈਲ ਪਈ ਹੈ ਉਹਨੂੰ ਅਪਲੋਡ ਕਰੋ। ਈਜ਼ੀ ਹੈ, ਕੋਈ ਖਾਸ ਉਹ ਨਹੀਂ ਹੈ ਇਹਦੇ 'ਚ। ਇੱਥੇ ਤੁਹਾਡੀ ਅਰਾਈਵਲ ਡੇਟ ਆ ਜਾਏਗੀ, ਤੁਸੀਂ ਕਦ ਵਾਪਸ ਆ ਰਹੇ ਹੋ, ਅਤੇ ਇੱਥੋਂ ਸਿਲੈਕਟ ਕਰ ਸਕਦੇ ਹੋ। ਠੀਕ ਹੈ ਜੀ, ਕਿੱਥੋਂ ਤੁਸੀਂ ਆ ਰਹੇ ਹੋ, ਤੁਸੀਂ ਕਿਸੇ ਹੋਰ ਜਗ੍ਹਾ ਤੋਂ ਜਿੱਥੇ ਤੁਸੀਂ ਉਤਰਨਾ ਉੱਥੋਂ ਕਿਸੇ ਹੋਰ ਜਗ੍ਹਾ ਡੋਮੈਸਟਿਕ ਜੇ ਫਲਾਈਟ ਲੈਣੀ ਹੈ ਜਾਂ ਨਹੀਂ ਲੈਣੀ। ਅਗਰ ਲੈਣੀ ਹੈ ਤਾਂ ਯੈਸ, ਅਗਰ ਨਹੀਂ ਲੈਣੀ ਤਾਂ ਨੋ। ਫਿਰ ਇੱਥੇ ਤੁਹਾਨੂੰ 72 ਘੰਟੇ ਪਹਿਲਾਂ ਦਾ ਮੈਂ ਦੱਸਿਆ ਸੀ RTPCR ਟੈਸਟ ਜਿਹੜਾ ਹੈ ਉਹ ਵੀ PDF ਫਾਈਲ ਦੇ ਵਿੱਚ 1 MB ਦਾ ਹੋਣਾ ਚਾਹੀਦਾ ਹੈਗਾ, ਉਹ ਅਪਲੋਡ ਕਰਨਾ ਹੈ ਤੁਹਾਨੂੰ। ਜਦੋਂ ਵੀ ਤੁਸੀਂ RCPCR ਟੈਸਟ ਕਰਾਓਗੇ ਦੋਸਤੋ, ਤਾਂ ਤੁਹਾਨੂੰ ਮੇਲ 'ਤੇ ਆ ਜਾਂਦਾ, ਉਹੀ ਮੇਲ ਤੋਂ ਡਾਊਨਲੋਡ ਕਰੋ ਔਰ ਇੱਥੇ ਤੁਸੀਂ ਜਿਹੜਾ ਹੈ ਉਹ ਅਪਲੋਡ ਕਰ ਸਕਦੇ ਹੋ। ਕਦੋਂ ਕਰਾਇਆ ਸੀਗਾ, ਡੇਟ ਆ ਜਾਏਗੀ ਤੁਹਾਡੀ। ਇੱਥੇ ਤੁਹਾਡਾ ਵੈਕਸੀਨੇਸ਼ਨ ਸਰਟੀਫਿਕੇਟ ਹੈਗਾ, ਉਹ ਤੁਸੀਂ ਆਪਣਾ ਜਿਹੜਾ ਹੈ ਉਹ ਅਪਲੋਡ ਕਰਨਾ PDF ਫਾਈਲ ਦੇ ਵਿੱਚ 1 MB ਦਾ। ਵੈਕਸੀਨੇਸ਼ਨ ਦੀ ਫਾਈਨਲ ਡੋਜ਼, ਮਤਲਬ ਲਾਸਟ ਡੋਜ਼ ਤੁਸੀਂ ਕਦੋਂ ਲਿੱਤੀ ਸੀਗੀ, ਔਰ ਸਿਟੀ ਆਫ ਡਿਪਾਰਚਰ, ਤੁਸੀਂ ਉੱਥੋਂ ਜਿਹੜੇ ਦੇਸ਼ ਤੋਂ ਆ ਰਹੇ ਹੋ ਉਹਦੀ ਕਿਹੜੀ ਸਿਟੀ ਤੋਂ ਆ ਰਹੇ ਹੋ, ਜਿਹੜੀ ਵੀ ਕੰਟਰੀ ਤੋਂ ਆ ਰਹੇ ਹੋ ਉਸ ਕੰਟਰੀ ਦੇ ਜਿਹੜੀ ਵੀ ਸਿਟੀ ਤੋਂ ਆ ਰਹੇ ਹੋ ਤੁਸੀਂ ਉਹਦਾ ਨਾਮ ਲਿਖਣਾ ਹੈ।
ਇੱਥੇ ਫਸਟ ਏਅਰਪੋਰਟ ਐਂਟਰੀ ਪਾਣੀ ਹੈ ਜਿੱਥੇ ਤੁਸੀਂ ਉਤਰਨਾ ਹੈਗਾ। ਇੱਥੇ ਤੁਹਾਡਾ ਪੂਰਾ ਐਡਰੈਸ ਆ ਜਾਏਗਾ ਜੋ ਵੀ ਤੁਹਾਡੇ ਪਾਸਪੋਰਟ 'ਤੇ ਹੈਗਾ, ਤੁਹਾਡਾ ਪਿੰਨ ਕੋਡ ਆ ਜਾਏਗਾ ਇੱਥੇ, ਔਰ ਤੁਹਾਡਾ ਮੋਬਾਈਲ ਨੰਬਰ ਆ ਜਾਏਗਾ। ਇੱਕ ਵੈਸੇ ਅੱਜ ਕੱਲ੍ਹ ਸਾਰੇ ਦੋ ਦੋ ਨੰਬਰ ਰੱਖਦੇ ਨੇ, ਅਗਰ ਨਹੀਂ ਹੈ ਤੁਹਾਡੇ ਕੋਲ ਦੂਸਰਾ ਨੰਬਰ ਤਾਂ ਤੁਸੀਂ ਆਪਣੇ ਕਿਸੇ ਫੈਮਿਲੀ ਮੈਂਬਰ ਦਾ ਨੰਬਰ ਪਾ ਸਕਦੇ ਹੋ, ਇਹ ਨੰਬਰ ਜ਼ਰੂਰੀ ਹੈ, ਪਾ ਦੇਣਾ ਚਾਹੀਦਾ। ਈਮੇਲ ਆਈ ਡੀ ਤੁਹਾਡੀ ਆ ਜਾਏਗੀ, ਤੁਹਾਨੂੰ ਫੀਵਰ ਹੈ, ਕਫ ਹੈ, ਕੋਈ ਡਿਜ਼ੀਜ਼ ਹੈ ਤਾਂ ਤੁਸੀਂ ਇਹਦੇ 'ਤੇ ਨੋ 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 ਕਰੋਗੇ, ਔਰ ਬਾਈ ਚਾਂਸ ਤੁਸੀਂ ਇਹਨਾਂ ਕਿਸੇ ਭਗਵਾਨ ਨਾ ਕਰੇ ਤੁਸੀਂ ਕਿਸੇ ਇਸ ਬਿਮਾਰੀ ਤੋਂ, ਤੁਹਾਨੂੰ ਕੋਈ ਇਹੋ ਜਿਹੀ ਕੋਈ ਡਿਜ਼ੀਜ਼ ਹੈਗੀ ਹੈ ਤਾਂ ਤੁਸੀਂ ਉਹਦੇ ਬਾਰੇ ਲਿਖੋਗੇ, ਬਾਕੀ ਸਾਰਿਆਂ 'ਤੇ ਨੋ ਨੋ ਕਰ ਦੋਗੇ। ਅਗਰ ਲਾਸਟ 14 ਦਿਨ ਦੇ ਵਿੱਚ ਤੁਸੀਂ ਕਿਸੇ ਹੋਰ ਕੰਟਰੀ ਨੂੰ ਕਿਸੇ ਕੰਟਰੀ 'ਚ ਟਰੈਵਲ ਕੀਤਾ ਹੈ ਤਾਂ ਤੁਸੀਂ ਉਹਦੇ ਬਾਰੇ ਲਿਖੋਗੇ, ਅਗਰ ਨਹੀਂ ਕੀਤਾ ਤਾਂ ਤੁਸੀਂ ਇੱਥੇ ਵੀ ਨੋ ਕਰ ਦੋਗੇ। ਆਈ ਐਗਰੀ। ਔਰ ਉਸ ਤੋਂ ਬਾਅਦ ਤੁਸੀਂ ਸਿੰਪਲ ਹੈ ਜਿਹੜਾ ਫੋਰਮ ਹੈ ਉਹਨੂੰ ਸਬਮਿਟ ਕਰ ਦੇਣਾ ਹੈਗਾ, ਬਸ ਇੰਨਾ ਜਿਹਾ ਹੀ ਸੀ ਉਹ ਫੋਰਮ। ਜਦੋਂ ਤੁਸੀਂ ਉਸ ਫੋਰਮ ਨੂੰ ਸਬਮਿਟ ਕਰ ਦੋਗੇ ਤਾਂ ਤੁਹਾਨੂੰ ਇੱਕ ਰੈਫਰੈਂਸ ਨੰਬਰ ਮਿਲੇਗਾ, ਉਹ ਰੈਫਰੈਂਸ ਨੰਬਰ ਤੁਸੀਂ ਸਕਰੀਨਸ਼ੋਟ ਲੈ ਲਓ, ਔਰ ਉਸ ਤੋਂ ਬਾਅਦ ਤੁਹਾਨੂੰ ਇੱਕ ਮੇਲ ਆ ਜਾਏਗੀ, ਮੇਲ ਦੇ ਉੱਤੇ ਜਿਹੜੀ ਤੁਹਾਨੂੰ ਉਹਦੀ ਰਜਿਸਟ੍ਰੇਸ਼ਨ ਦੀ ਕਾਪੀ ਮਿਲ ਜਾਏਗੀ, ਉਹਨੂੰ ਚਾਹੋ ਤਾਂ ਤੁਸੀਂ ਪ੍ਰਿੰਟ ਕਰਾ ਕੇ ਰੱਖ ਸਕਦੇ ਹੋ। ਵੈਸੇ ਤਾਂ ਹਾਰਡ ਕਾਪੀ, ਹਰ ਇੱਕ ਚੀਜ਼ ਦੀ ਹਾਰਡ ਕਾਪੀ ਅਗਰ ਤੁਸੀਂ ਸਫ਼ਰ ਕਰ ਰਹੇ ਹੋ ਤਾਂ ਜ਼ਰੂਰ ਲੈ ਕੇ ਚੱਲਿਆ ਕਰੋ, ਸੋਫਟ ਕਾਪੀ ਤਾਂ ਫੋਨ ਦੇ ਵਿੱਚ ਹੁੰਦੀ ਹੈ, ਸਾਰੀ ਚੀਜ਼ਾਂ ਨੂੰ ਤੁਸੀਂ ਇੱਕ ਵਾਰੀ ਪ੍ਰਿੰਟ ਜ਼ਰੂਰ ਕਰਾ ਲਿਆ ਕਰੋ। ਇੰਨਾ ਹੀ ਸੀ, ਮੇਰੇ ਹਿਸਾਬ ਨਾਲ ਕੋਈ ਬਹੁਤ ਵੱਡਾ ਫੋਰਮ ਨਹੀਂ ਹੈਗਾ, ਔਰ ਬਹੁਤ ਹੀ ਸਿੰਪਲ ਹੈਗਾ, ਬਹੁਤ ਹੀ ਸਿੰਪਲ ਤਰੀਕੇ ਨਾਲ ਤੁਸੀਂ ਖੁਦ ਬਾ ਖੁਦ ਇਹਨੂੰ ਫੋਰਮ ਨੂੰ ਫਿਲ ਕਰ ਸਕਦੇ ਹੋ। ਸੋ ਇੰਨੀ ਜਾਣਕਾਰੀ, ਅਗਰ ਜਾਣਕਾਰੀ ਚੰਗੀ ਲੱਗੀ ਹੋਏ, ਫੋਰਮ ਵੀਡੀਓ ਚੰਗਾ ਲੱਗਾ ਹੋਇਆ ਤਾਂ ਪਲੀਜ਼ ਲਾਈਕ, ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ। ਮਿਲਣਾ ਫਿਰ ਇੱਕ ਹੋਰ ਅਗਲੀ ਵੀਡੀਓ ਦੇ ਵਿੱਚ, ਬਾਏ ਬਾਏ, ਸ਼ਬਾ ਖੈਰ।